ਹੈਲੋ ਦੋਸਤੋ ਜੋ ਵਿਦਿਆਰਥੀ ਗੁਣਾਣਕ ਦੇਵ ਯੂਨੀਵਰਸਿਟੀ ਅੰਦਰ ਸਟੱਡੀ ਕਰਦੇ ਨੇ ਰੈਗੂਲਰ ਜਾਂ ਪ੍ਰਾਈਵੇਟ ਤਾਂ ਉਹਨਾਂ ਨੂੰ ਇਹ ਪਹਿਲਾਂ ਪਤਾ ਲੱਗ ਹੀ ਗਿਆ ਹੋਵੇਗਾ ਕਿ ਉਹਨਾਂ ਦੀ ਐਗਜ਼ਾਮੀਨੇਸ਼ਨ ਫੀਸ ਆ ਗਈ ਆ ਬਲਕਿ ਉਹ ਫੀਸ ਪੇ ਕਰ ਸਕਦੇ ਆ ਤੇ ਜਿਨ੍ਹਾਂ ਨੇ ਪ੍ਰਾਈਵੇਟ ਐਡਮਿਸ਼ਨ ਕਰਾਉਣੀ ਆ ਉਹ ਵੀ ਕਾਪਨੀ ਕਰਾ ਸਕਦੇ ਨੇ ਤੇ ਕਿਦਾਂ ਆਪਣੀ ਐਡਮਿਸ਼ਨ ਕਰਾ ਸਕਦੇ ਨੇ ਉਹਦੇ ਰਿਗਾਰਡਿੰਗ ਮੈਂ ਤੁਹਾਨੂੰ ਦੱਸ ਦਵਾਗਾ ਜੀ ਬਾਕੀ ਜਿਨ੍ਹਾਂ ਨੇ ਆਪਣੇ ਪ੍ਰਾਈਵੇਟ ਸਟੂਡੈਂਟ ਨੇ ਜਿਨ੍ਹਾਂ ਆਪਣੀ ਫੀਸ ਪੇ ਕਰਨੀ ਹੈ ਅਗਲੇ ਸਮੈਸਟਰ ਦੀ ਜਿਨ੍ਹਾਂ ਆਡ ਸਮੈਸਟਰ ਦੇ ਦਸੰਬਰ ਦੇ ਪੇਪਰ ਦੇਣੇ ਨੇ ਤਾਂ ਉਹ ਆਪਣੀ ਫੀਸ ਕਿਦਾਂ ਪੇ ਕਰ ਸਕਦੇ ਨੇ ਉਹ ਵੀ ਉਹਦੇ ਰਿਗਾਰਡਿੰਗ ਦੱਸਿਆ ਜਾਊਗਾ ਕੋਈ ਤੁਹਾਨੂੰ ਡਾਕੂਮੈਂਟ ਅਪਲੋਡ ਨਹੀਂ ਕਰਨ ਦੀ ਲੋੜ ਹੈਗੀ ਜੀ ਸਿਰਫ ਤੁਸੀਂ ਆਪਣੇ ਸਬਜੈਕਟ ਸਿਲੈਕਟ ਕਰਕੇ ਤਾਂ ਆਪਣੀ ਫੀਸ ਪੇ ਕਰਨੀ ਹੁੰਦੀ ਆ ਤੇ ਜਦੋਂ ਤੁਹਾਡੇ ਪੀਪਰ ਹੋਗੇ ਤੁਹਾਡਾ ਐਡਮਿਟ ਕਾਰਡ ਵੀ ਇਸੇ ਵੈਬਸਾਈਟ ਤੇ ਆ ਜਾਊਗਾ ਜੀ ਤੇ ਕਿੱਦਾਂ ਤੁਸੀਂ ਆਪਣੀ ਐਗਜ਼ਾਮੀਨੇਸ਼ਨ ਫੀਸ ਪੇ ਕਰਨੀ ਹੈ ਜੀ ਕਿੱਦਾਂ ਸਟੈਪ ਫਾਲੋ ਕਰਨੇ ਸਾਰਾ ਕੁਝ ਦੱਸਿਆ ਜਾਊਗਾ ਇਸ ਵੀਡੀਓ 'ਚ ਤੇ ਬਾਕੀ ਜਿਨ੍ਹਾਂ ਨੇ ਪ੍ਰਾਈਵੇਟ ਐਡਮਿਸ਼ਨ ਕਰਾਉਣੀ ਆ ਜੀ ਉਹ ਇੱਕ ਗੱਲ ਧਿਆਨ ਰੱਖਣ ਜੇ ਤਾਂ ਤੁਸੀਂ 12ਵੀਂ ਵਾਲੇ ਹੋ ਤਾਂ ਤੁਹਾਨੂੰ ਇੱਕ ਆਪਣੀ ਸਟੂਡੈਂਟ ਆਈਡੀ ਨਵੀਂ ਕ੍ਰੀਏ ਤੋ ਤੋਂ ਬਾਅਦ ਹੀ ਆਪਣਾ ਸਾਰਾ ਡਾਟਾ ਭਰੋਗੇ ਤੇ ਫਿਰ ਤੁਹਾਡੀ ਐਡਮਿਸ਼ਨ ਹੁੰਦੀ ਆ ਤੇ ਇੱਕ ਜਿਹੜਾ ਤੁਹਾਨੂੰ ਫਾਰਮ ਦਿੱਤਾ ਜਾਂਦਾ ਤੁਸੀਂ ਆਪਣੇ ਲਾਗੇ ਦੇ ਕਿਸੇ ਵੀ ਕਾਲਜ ਜਾਂ ਕਿਤੋਂ ਵੀ ਸਾਈਨ ਕਰਾ ਕੇ ਤੇ ਉਹ ਯੂਨੀਵਰਸਿਟੀ ਜਮਾ ਕਰਾਉਣੇ ਹੁੰਦੇ ਆ ਉਸ ਤੋਂ ਬਾਅਦ ਤੁਹਾਨੂੰ ਬਾਅਦ ਚ ਕਦੇ ਯੂਨੀਵਰਸਿਟੀ ਜਾਣ ਦੀ ਲੋੜ ਨਹੀਂ ਪੈਂਦੀ ਉਸ ਤੋਂ ਬਾਅਦ ਤੁਸੀਂ ਆਪਣੀ ਫੀਸ ਪੇ ਕਰਕੇ ਤੇ ਆਪਣੇ ਸਬਜੈਕਟ ਜਿਹੜੇ ਚੁਣ ਕੇ ਤੇ ਸਿੱਧਾ ਪੇਪਰ ਦੇ ਜਾ ਸਕਦੇ ਜਿਹੜਾ ਤੁਸੀਂ ਸੈਂਟਰ ਚੁਣਿਆ ਹੋਊਗਾ ਕਿ ਇੱਥੇ ਪੇਪਰ ਦੇਣੇ ਆ ਸੀ ਬਾਕੀ ਕਿ ਜਿਨ੍ਹਾਂ ਨੇ ਆਪਣੇ ਪ੍ਰਾਈਵੇਟ ਸਟੂਡੈਂਟ ਜਿਹੜੇ ਉਹਨਾਂ ਆਪਣੀ ਫੀਸ ਪੇ ਕਰਨੀ ਕਿੱਦਾਂ ਕਰ ਸਕਦੇ ਨੇ ਆਪਣੇ ਫੋਨ ਜਾਂ ਪੀਸੀ ਤੋਂ ਉਹਦੇ ਰਿਗਾਰਡਿੰਗ ਵੀਡੀਓ ਧਿਆਨ ਨਾਲ ਦੇਖਿਓ ਜੀ ਤੁਸੀਂ ਸਿੰਪਲ ਸਰਚ ਕਰਨਾ ਜੀਐਨਡੀ ਸਟੂਡੈਂਟ ਲੌਗਇਨ ਪਹਿਲੇ ਲਿੰਕ ਤੇ ਆਇਨਾ ਡਿਪਾਰਟਮੈਂਟ ਆਫ ਹਾਇਰ ਐਜੂਕੇਸ਼ਨ ਵਾਲੇ ਤੇ ਉਹ ਤੋਂ ਬਾਅਦ ਮੈਂ ਇੱਕ ਮੇਰੀ ਆਈਡੀ ਓਪਨ ਹੋਈ ਮੈਂ ਤੁਹਾਨੂੰ ਲੌਗਇਨ ਕਰਕੇ ਦਿਖਾ ਦੇਣਾ ਫਿਰ ਤੇ ਜਿਹੜੇ ਰੈਗੂਲਰ ਸਟੂਡੈਂਟ ਕਾਲਜ ਦੇ ਅੰਦਰ ਸਟੱਡੀ ਕਰਦੇ ਨੇ ਉਹਨਾਂ ਦੀ ਕਾਲਜ ਦੀ ਆਈਡੀ ਨਾਲ ਲੌਗ ਹੁੰਦੀ ਆ ਫੀਸ 'ਤੇ ਤੇ ਜਿਹੜੀ ਰਿਪੇਅਰ ਵਾਲੇ ਹੁੰਦੇ ਉਹ ਰਿਪੇਅਰ ਦੀਆਂ ਸਟੱਡੀ ਉਹਨਾਂ ਪੇ ਕਰਨੇ ਹੁੰਦੇ ਆ ਫੀਸ ਉਹ ਉਹਨਾਂ ਦੀ ਸਟੂਡੈਂਟ ਆਈਡੀ ਤੋਂ ਹੀ ਕਰਨੀ ਹੁੰਦੀ ਪਈ ਤੇ ਰੈਗੂਲਰ ਸਟੂਡੈਂਟ ਤੁਹਾਨੂੰ ਪਤਾ ਹੈ ਕਾਲਜ ਤੁਸੀਂ ਜਮਾ ਜਿਹੜੀ ਫੀਸ ਕਰਾਦੇ ਹੋ ਕਾਲਜ ਕਾਲਜ ਵਾਲੇ ਆਪਣੀ ਆਈਡੀ ਤੋਂ ਕਰਦੇ ਨੇ ਤੇ ਜਿਹੜਾ ਸਟੂਡੈਂਟ ਆਈਡੀ ਪ੍ਰਾਈਵੇਟ ਵਾਲੇ ਹੁੰਦੇ ਨੇ ਉਹ ਆਪਣੀ ਫੀਸ ਸਟੂਡੈਂਟ ਆਈਡੀ ਤੋਂ ਕਰਦੇ ਆ ਤੇ ਜੇ ਤੁਹਾਨੂੰ ਰਿਪੇਅਰ ਤੁਹਾਡੀ ਮਨ ਕੇ ਸਪਲੀ ਵਗੈਰਾ ਆਈ ਆ ਤੁਸੀਂ ਜੇ ਉਹਦਾ ਇੰਪਰੂਵ ਰੀਵੈਲੂਏਸ਼ਨ ਇੰਪਰੂਵਮੈਂਟ ਗੋਲਡਨ ਚਾਸ ਆਪਣੀ ਸਟੂਡੈਂਟ ਆਈਡੀ ਤੋਂ ਹੀ ਭਰ ਦਿਓ ਤਾਂ ਆਪਣੀ ਸਟੱਡੀ ਸਟੂਡੈਂਟ ਆ ਜਿਹੜੇ ਮਨ ਕੇ ਪੁਰਾਣੇ ਸਟੂਡੈਂਟ ਹੁੰਦੇ ਨੇ ਤੇ ਸਰਟੀਫਿਕੇਟ ਤੇ ਵੀ ਇੱਥੇ ਆਪਣੀ ਸਟੂਡੈਂਟ ਆਈਡੀ ਦੇਖਣੀ ਤੁਸੀਂ ਆਪਣੀ ਜਿਹਨਾਂ ਆਪਣੀ ਫੀਸ ਵਗੈਰਾ ਦੇ ਗਾਨੀ ਆ ਉਹ ਤੋਂ ਬਾਅਦ ਪਾਸਵਰਡ ਤੁਹਾਡੇ Gmail ਤੇ ਤੁਹਾਨੂੰ ਮਿਲ ਜਾਊਗਾ ਤੁਹਾਨੂੰ ਜੇ ਤੁਸੀਂ ਐਡਮਿਸ਼ਨ ਕਰਾਇਆ ਤਾਂ Gmail ਤੇ ਮਿਲ ਜਾਂਦਾ ਪਾਸਵਰਡ ਫੋਰਗੇਟ ਵੀ ਕਰ ਸਕਦੇ ਹੋ ਤਾਂ ਇਹ ਤੋਂ ਬਾਅਦ ਤੁਸੀਂ ਇੱਥੇ ਚਲ ਜਾਣਾ ਸਾਈਡ ਤੇ ਸੌਰੀ ਇਹ ਤੋਂ ਬਾਅਦ ਤੁਸੀਂ ਪ੍ਰਾਈਵੇਟ ਰਿਪੇਅਰ ਵਾਲੇ ਤੇ ਕਲਿੱਕ ਕਰ ਦੇਣਾ ਵਾ ਜਿਹਨਾਂ ਪ੍ਰਾਈਵੇਟ ਐਡਮਿਸ਼ਨ ਕਰਾਉਣੀ ਹੋਵੇ ਉਹ ਵੀ ਤੇ ਕਲਿੱਕ ਕਰਨਗੇ ਤੇ ਰਿਪੇਅਰ ਜਿਨ੍ਹਾਂ ਭਰਨੀ ਆਪਣੀ ਸੱਪੜੀ ਘਰ ਦੇ ਫੀਸ ਭਰਨੀ ਉਹ ਵੀ ਤੇ ਕਰਨਗੇ ਤੇ ਜਿਨ੍ਹਾਂ ਨੇ ਮਿਲ ਗਿਆ ਆਪਣੀ ਅਗਿਆ ਐਗਜ਼ਾਮੀਨੇਸ਼ਨ ਫੀਸ ਤੀਜੇ ਪੰਜਵੇਂ ਸਮੈਸਟਰ ਦੀ ਜਿਨ੍ਹਾਂ ਆਰਸ ਮੈਸਟਰ ਦੀ ਫੀਸ ਪੇ ਕਰਨੀ ਹੈ ਉਹ ਵੀ ਤੇ ਕਰਨਗੇ ਤਾਂ ਤੁਸੀਂ ਇੱਥੋਂ ਐਮਐਸ ਮੈਸਟਰ ਦੀ ਵੀ ਫੀਸ ਪੇ ਕਰ ਸਕਦੇ ਹੋ ਜਦੋਂ ਤੁਹਾਡੇ ਐਮਐਸ ਮੈਸਟਰ ਦੇ ਐਗਜ਼ਾਮ ਆਉਣਗੇ ਇਹ ਤੋਂ ਬਾਅਦ ਤੁਸੀਂ ਫੋਲਡਰ ਸਬਜੈਕਟ ਕਰ ਦੇਣੇ ਆ ਜੀ ਇਆ ਕੀ ਥੋੜਾ ਨੈਟਵਰਕ ਕਰਕੇ ਥੋੜਾ ਕੁ ਪ੍ਰੋਸੈਸਿੰਗ ਵਗੈਰਾ ਲੈ ਰਿਹਾ ਵਾ ਤੇ ਤੁਹਾਡੇ ਵਗੈਰਾ ਇਦਾਂ ਫੋਨ ਚ ਜਿਆਦਾਤਰ ਹੋਊਗਾ ਤੁਸੀਂ ਫੋਰ ਸਬਜੈਕਟ ਪੜ ਲੈਣਾ ਰੋਲ ਨੰਬਰ ਤੁਹਾਡਾ ਆਟੋਮੈਟਿਕ ਫਿਲ ਹੋਏ ਨਾ ਜੀ ਤੇ ਜਦੋਂ ਰਿਪੇਅਰ ਵੀ ਤੁਹਾਨੂੰ ਪਤਾ ਹੈ ਰਿਪੇਅਰ ਦੀ ਸਪਲਾਈ ਵਾਲੀ ਵਕਤ ਉਹ ਵੀਡੀਓ ਬਣਾਈ ਹੈ ਤੁਸੀਂ ਵੇਖ ਸਕਦੇ ਓਥੋਂ ਉਹ ਤੋਂ ਬਾਅਦ ਜੇ ਤੁਸੀਂ ਫੋਰ ਸਬਜੈਕਟ ਉੱਪਰ ਹੋਗੇ ਤੁਹਾਡਾ ਉਹ ਨੀਚੇ ਦਿਖਾ ਦੇਣਾ ਤੁਹਾਡੀ ਕਿਹੜੀ ਕਲਾਸ ਆ ਤੁਸੀਂ ਪਹਿਲੇ ਭਰਨੇ ਆ ਤੇ ਪੂਰਾ ਡਿਟੇਲ ਹੈ ਤੇ ਕਈਆਂ ਦਾ ਇੱਥੇ ਨਾਲ ਨਾ A2 ਵਾਲਾ ਆਉਂਦਾ ਉਹਨੂੰ A1 ਨੂੰ ਕਲਿੱਕ ਕਰਨਾ ਤੁਸੀਂ ਸਾਰਿਆਂ ਨੇ ਇੱਥੇ ਆਵੇ ਉਹ ਦੇਖ ਸਕਦੇ ਐਮਏ 3 ਤੀਜੇ ਸਮੈਸਟਰ ਦੇ ਇਹ ਤੋਂ ਬਾਅਦ ਕਲਿੱਕ ਟੂ ਪ੍ਰੋਸੀਡ ਕਰ ਦੇਣਾ ਇਹ ਤੋਂ ਬਾਅਦ ਤੁਹੀਂ ਆ ਜਣਾ ਦੱਸਕਾ ਤਾਂ ਜਿਹੜਾ ਤੁਹਾਡੇ ਸਬਜੈਕਟ ਪੰਜੇ-ਪੰਜੇ ਕੰਪਲਸਰੀ ਆ ਜੀ ਕੋਈ ਆਪਸ਼ਨ ਨਹੀਂ ਹੈ ਜੇ ਆਪਸ਼ਨ ਹੋਗਾ 10-10 ਦੇਣਗੇ ਜਿੱਦਾਂ ਮੰਨ ਲਓ ਕਿ ਆ ਇੱਥੇ ਗਏ ਹੋ ਆਏਗਾ ਪਹਿਲਾ ਹੋ ਗਿਆ ਸਬਜੈਕਟ ਮੇਰਾ ਇੱਥੇ ਦੂਜਾ ਸਮੈਸਟਰ ਤਨ ਜਸ ਮੈਟਰ ਸੌਰੀ ਇਹਦੇ ਵਿੱਚ ਤੁਹਾਡੇ ਸਾਰੇ ਜਿਹੜੇ ਸਬਜੈਕਟ ਹੈਗੇ ਨਾ ਉਹ ਸਾਰੇ ਕੰਪਲਸਰੀ ਤੁਹਾਡੇ ਤੋਂ ਬਾਅਦ ਤੁਹਾਡੇ ਨੀਚੇ ਫੀਸ ਵੀ ਦਿਖਾ ਰਿਹਾ ਵਾ ਕਿ ਤੁਹਾਡੀ ਫੀਸ ਕਿਹੜੀ ਆ ਤੁਹਾਡਾ ਸੈਂਟਰ ਕਿੱਥੇ ਪੇਪਰ ਦੇਣਾ ਤੁਸੀਂ ਸਰੀਆਲੀ ਉਤੋਂ ਬਾਅਦ ਸਬਮਿਟ ਫਾਰਮ ਆ ਜਨਾ ਤੁਹਾਡਾ ਉਤੋਂ ਬਾਅਦ ਤੁਸੀਂ ਸਬਮਿਟ ਕਰ ਦਿਓ ਜੀ ਉਹ ਮੇਰੇ ਕੰਪਲਸਰੀ ਸਬਜੈਕਟ ਸਾਰੇ ਤੋਂ ਦਿਖਾਈ ਜਾਂਦੇ ਆ ਉਦਾਂ ਹੀ ਤੇ ਇਹ ਤੋਂ ਬਾਅਦ ਤੁਸੀਂ ਆਨਲਾਈਨ ਹੀ ਫੀਸ ਕੇ ਪੇ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਫੀਸ ਪੇ ਕਰਨਾ ਚਾਹਤੇ ਹੋ ਆਨਲਾਈਨ ਤੇ ਇੱਥੇ ਕਰਾ ਦੇਣਾ ਵਾ ਤੇ ਜੇ ਤੁਸੀਂ ਬੈਂਕ ਤੇ ਚਲਾਨ ਨਹੀਂ ਕੱਢਣ ਮਤਲਬ ਕਿ ਜਾ ਕੇ ਬੈਂਕ ਜਾਮਾ ਕਰਵਾਉਣਾ ਚਾਹਤੇ ਤਾਂ ਬੈਂਕ ਚਲਾਨ ਕੱਢ ਦੋਗੇ ਜੀ ਤੇ ਇੱਥੇ ਇਹ ਤੁਸੀਂ ਆਪ ਦਾ ਪੀਡੀਐਫ ਪ੍ਰਿੰਟ ਕਰਾ ਕੇ ਰੱਖ ਸਕਦੇ ਆ ਆਪਣੇ ਕੋਲ ਤੇ ਬਾਕੀ ਹੈ ਕੀ ਬਾਕੀ ਕਿਸੇ ਨੂੰ ਕਿਸੇ ਦਾ ਨਾਮ ਪਤਾ ਲੱਗ ਪੁੱਛ ਸਕਦੇ ਹੋ ਜੀ ਬਾਕੀ ਆ ਫਾਰਮ ਆਪਣੇ ਕੋਲ ਰੱਖ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਵਿੱਚ ਫੀਸ ਪੇ ਆਨਲਾਈਨ ਤੇ ਤੁਸੀਂ ਆਨਲਾਈਨ ਪੇ ਫੀਸ ਪੇ ਕਰ ਸਕਦੇ ਆ ਆਪਣੇ ਡੈਬਿਟ ਕਾਰਡ ਤੋਂ ਕ੍ਰੈਡਿਟ ਕਾਰਡ ਤੋਂ ਜਿੱਤੋਂ ਮਰਜੀ ਜੀ ਤੇ ਜਨਰੇਟ ਬੈਂਕ ਚਲਾਨ ਦੋ ਬੈਂਕ ਜਾ ਕੇ ਜਾਮਾ ਕਰਾ ਸਕਦੇ 2000 ਫੀਸ ਆ ਜੀ ਤੇ ਅੱਜ 25 ਤਰੀਕ ਦਾ ਪ੍ਰਿੰਟ ਹੈ ਜੀ ਬਾਕੀ ਕਿਸੇ ਕਾਲ ਦਾ ਨਾਮ ਪਤਾ ਨਹੀਂ ਪੁੱਛ ਸਕਦੇ ਹੋ ਜੀ